ਅੱਜ ਜਨਾਬ ਸਾਡੇ ਕੋਲ ਜਨਾਬ ਭਾਈ ਗੁਲਾਮ ਰਸੂਲ ਨੇ ਡੋਗੇ ਪਿੰਡ ਨਾਲ ਤਲਕ ਹੈ। ਅਗਰ ਦੇਖਿਆ ਜਾਏ ਤਾਂ ਮੇਰੇ ਖਿਆਲ ਵਿੱਚ ਪਿਛਲੇ ਜਿਹੜੇ ਨੇ ਤਕਰੀਬਨ 40-45 ਸਾਲ ਭਾਈ ਗੁਲਾਮ ਰਸੂਲ ਦੇ ਨਾਮ ਹੈ। ਗੁਜਰਾਤ ਕੇ ਮੈਂ ਕਹਿੰਦਾ ਵਾ ਪੰਜਾਬੀ ਸੁਣਨ ਵਾਲਾ ਕੋਈ ਬੰਦਾ ਵੀ ਬੜਾ ਹੀ ਘੱਟ ਬੰਦਾ ਕੋਈ ਐਸਾ ਹੋਵੇਗਾ ਜਿਹੜਾ ਭਾਈ ਗੁਲਾਮ ਰਸੂਲ ਨੂੰ ਨਹੀਂ ਜਾਣਦਾ। ਡੋਗੇ ਪਿੰਡ ਦੀ ਪਹਿਚਾਣ ਨੇ, ਸਾਡੇ ਗੁਜਰਾਤ ਦੀ ਪਹਿਚਾਣ ਨੇ। ਅਦਰ ਯੂਸਫ ਅਲੈਹਿ ਸਲਾਮ ਸੁਣਨਾ ਹੋਵੇ, ਸੋਹਣੀ ਮੇਵਾਲ ਸੁਣਨਾ ਹੋਵੇ, ਬੂਟੇ ਦੀ ਬੈਤ ਸੁਣਨੇ ਹੋਣ, ਜਾਂ ਤੁਸੀਂ ਮਤਲਬ ਈਰ ਸੁਣਨੀ ਹੋਵੇ, ਅਗਰ ਭਾਈਰਾਂ ਨੂੰ ਜਨਾਬ ਸਿਮੀਏ ਸੱਸੀ ਬੋਲੀ ਹੈ, ਕੋਈ ਵੀ ਆਵਾਜ਼ ਹੋਵੇ, ਕਿਸੇ ਬੰਦੇ ਬਿੰਦ ਦੀ ਆਵਾਜ਼ ਤੁਸੀਂ ਲੈ ਕੇ ਜਾਓ ਅਤੇ ਉਹੀ ਕੁਆਲਿਟੀ, ਉਹੀ ਸਵਾਦ ਬਰਕਰਾਰ ਰਹਿੰਦਾ। ਬੜੀ ਚਸ ਆਉਂਦੀ ਹੈ, ਬੜਾ ਸਵਾਦ ਆਉਂਦਾ ਇਹਨਾਂ ਨੂੰ ਸੁਣਨ ਦਾ। ਮਹਿਫਲ 'ਚ ਸੁਣਨ ਦਾ ਇੱਕ ਹੋਰ ਅੰਦਾਜ਼ ਹੁੰਦਾ ਹੈ, ਅਤੇ ਜਿਸ ਵੇਲੇ ਸਾਡੇ ਆਮ ਸਿੰਗਲ ਇਕੱਲੇ ਬੰਦੇ ਬਹਿ ਕੇ ਅਸੀਂ ਰਿਕਾਰਡਿੰਗ ਕਰਦੇ ਹਾਂ ਤਾਂ ਉਹਦਾ ਇੱਕ ਹੋਰ ਅੰਦਾਜ਼ ਹੁੰਦਾ ਹੈ। ਭਾਈਜਾਨ ਦੇ ਕੋਲੋਂ ਅਜ਼ਰ ਯੂਸਫ ਅਲੈਹਿ ਸਲਾਮ ਦਾ ਕਿੱਸਾ ਸੁਣਦੇ ਹਾਂ, ਠੀਕ ਹੈ ਨਾ? ਸਾਡੇ ਅਸਗਰ ਸ਼ਾਹ ਸਾਹਿਬ ਵੀ ਇੰਨੇ ਜਨਾਬ ਬੈਠੇ, ਸ਼ੇਰਗੜ੍ਹ ਨਾਲ ਤਲਕ ਹੈ, ਸ਼ਾਹਰੂ ਵੀ ਕਿਸੇ ਚੀਜ਼ ਦੇ ਕਿਸੇ ਤੌਰ ਦੇ ਮੁਤਾਜ ਨਹੀਂ ਹਨ। ਬੜੀ ਪਿਆਰੀ ਆਵਾਜ਼ ਹੈ ਸ਼ਾਹਰਾਨ ਦੀ ਵੀ। ਭਾਈ ਗੁਲਾਮ ਰਸੂਲ ਨੂੰ ਪਹਿਲੇ ਸੁਣਦੇ ਹਾਂ, ਫਿਰ ਸ਼ਾਹਰਾਨ ਨੂੰ ਥੋੜ੍ਹਾ ਥੋੜ੍ਹਾ ਸੁਣਾਂਗੇ, ਅਤੇ ਇਨਸ਼ਾਅੱਲਾ ਅੱਜ ਜਿਹੜਾ ਪ੍ਰੋਗਰਾਮ ਹੈ ਇਹ ਅਸੀਂ ਜਨਾਬ ਇਹਨਾਂ ਦੋਵਾਂ ਜਿਹੜੇ ਖਾਸ ਬੰਦੇ ਨੇ ਸਾਡੇ ਗੁਜਰਾਤ ਦੇ ਸੈਫਲ ਗਰੁੱਪ ਬਣਨ ਵਾਲੇ ਸੱਸੀ ਈਦ ਸੋਹਣੀ, ਅਤੇ ਅੱਜ ਇਨਸ਼ਾਅੱਲਾ ਜਿਹੜੀ ਰਾਤ ਹੈ ਅਸੀਂ ਉਹਨਾਂ ਨਾਲ ਗੁਜ਼ਾਰਾਂਗੇ। ਅਤੇ ਭਾਈ ਹੋਰ ਜਨਾਬ ਤੁਹਾਨੂੰ ਸੁਣਾਉਂਦੇ ਨੇ ਅਦਰ ਯੂਸਫ ਅਲੈਹਿ ਸਲਾਮ ਦਾ ਕਿੱਸਾ ਜਿਹੜਾ, ਠੀਕ ਹੈ ਨਾ ਜੀ? ਬਿਸਮਿਲਲਾਹਿ ਰਹਿਮਾਨਿ ਰਹੀਮ। ਸਭ ਦੋਸਤਾਂ, ਅਜ਼ੀਜ਼ਾਂ, ਬਜ਼ੁਰਗਾਂ ਨੂੰ ਮੇਰੀ ਤਰਫੋਂ ਅਸਲਾਮੁ ਅਲੈਕਮ। ਅਤੇ ਬਿਆਨ ਜਨਾਬ ਹਜ਼ਰਤ ਯੂਸਫ ਅਲੈਹਿ ਸਲਾਮ ਦਾ ਉੱਥੋਂ ਸ਼ੁਰੂ ਕਰਨ ਲੱਗਾ ਕਿ ਜਿਸ ਵੇਲੇ ਜਨਾਬ ਹਜ਼ਰਤ ਯੂਸਫ ਅਲੈਹਿ ਸਲਾਮ ਦੇ ਭਰਾਵਾਂ ਨੇ ਜੰਗਲ ਵਿੱਚ ਵਾਰਦਾਤ ਕਰਕੇ ਅਤੇ ਖੂਨ ਦਾ ਕੁੜਤਾ ਭੇ ਕੇ ਅਤੇ ਆਪਣੇ ਬਾਪ ਦੇ ਕੋਲ ਲਿਆ ਕੇ ਦੱਸਿਆ ਕਿ ਅਸੀਂ ਸਮਾਨ ਦੇ ਕੋਲ ਬਾਇਆ ਸੀ ਅਤੇ ਯੂਸਫ ਨੂੰ ਪਗਿਆੜ ਖਾ ਗਏ। ਜਨਾਬ ਹਜ਼ਰਤ ਯਾਕੂਬ ਅਲੈਹਿ ਸਲਾਮ ਉਹ ਕੁੜਤਾ ਕੋਲ ਲੈ ਕੇ ਅਤੇ ਉਹਨਾਂ ਪਹਾੜਾਂ ਜੰਗਲਾਂ ਦੇ ਵਿੱਚ ਜਾ ਕੇ ਅਤੇ ਆੜੇ ਕਰਦੇ ਨੇ। ਇੱਥੇ ਜਨਾਬ ਮੀਆਂ ਦਾਇਮ ਸਾਹਿਬ ਵਾਸੂ ਵਾਲੇ ਲਿਖਦੇ ਨੇ ਅਤੇ ਮਸਕੀਨ ਗੁਲਾਮ ਰਸੂਲ ਡੋਗੇ ਸ਼ਰੀਫ ਵਾਲਾ ਤੁਹਾਡੇ ਪੇਸ਼ ਕਰਦਾ। ਹਾਂ, ਕੁੜਦਾ ਲਾ ਸੀਨੇ ਬੰਨਾ ਤਰਫ ਜੰਗਲ ਤੇ ਮੈਂ ਕੁਰਬਾਨ 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 ਯੂਸਫ ਪਾਲੇ ਝਾੜ ਉਜਾੜ ਪਹਾੜ ਕਾਲੇ ਤੇ ਕਿੱਥੇ ਗੁੰਮ ਹੋਇਓ ਮੇਰੀ ਜਾਨ ਯੂਸਫ ਤੇ ਮਸਾਂ ਪਹੁੰਚਿਆ ਬਾਬਲ ਦਰਦ ਓ ਕੁੱਠਾ ਤੇ ਚਮਕ ਪਰਦ ਲੂਨੂਰ ਨਿਸ਼ਾਨ ਯੂਸਫ ਤੇ ਗਾਰ ਮਾਰ ਨਿਮਾਨ ਉਹ ਜਾਣ ਕਰਕੇ ਤੇ ਹੱਥ ਜਿਗਰ ਤੇ ਵਿਰਦ ਜ਼ਬਾਨ ਯੂਸਫ ਤੇ ਕਦੇ ਕਾਤ ਕਮੀਨ ਵਿੱਚ ਜਾਤ ਪਾਵੇ ਆਏ ਲੁਕਿਓ ਕਿਸੂਏ ਮਕਾਨ ਯੂਸਫ ਤੇ ਖਾਵਾਂ ਠੋਕਰਾਂ ਪਿਆ ਅਫਦਾ ਖੇਜ਼ਾ ਤੇ ਤੇਰੇ ਇਜਰ ਕੀਤਾ ਓ ਪਰੇਸ਼ਾਨ ਯੂਸਫ
ते रोंदा फिरां दे तरसिया उमर पिछली ते सुंजा कर गयों शहर किन्यान यूसुफ ते नौ बहार दे नौ नियाल जो बन ते नूरे चिश्म मेरे ओ नूरदान यूसुफ ते मेरी आपुर सोज फराग दी थी ते पिया लर्जदा जिमी आसमान यूसुफ ए माँ ओ शाह जमाल गुलजार दायम ए मेरा चैन दे नैन प्राण यूसुफ उन्हें जंगलों के बीच जाके जनाब हज़रत यकूब अलैहि सलाम ऐसिया दर्द भरिया हावं मारते ने आवाज़ा मारते ने ते उन्हें जंगलों नाल पहाड़ों नाल गल्लां करते ने कूका मारदा फिरे पहाड़ियां ते ते कीता यार किस मार जुदा मेरा ते खून और रेज दर्दियो सच दसो ते तुसा चीर खादा ए दिल रुबा मेरा ते वार बंदियां दा ओ वार बंदियां वागे खूनियां ते जिगर जान बेरा गए खा मेरा ते मैं ते ओ मीर गुल बदन नू अहे भेजिया से कीता तरसना जालम ओ का मेरा ते पहले वार आया खेडन विच ओ बारा ते चंगा कल्या जे यार परता मेरा